ਸ਼੍ਰੀ ਅਨੰਦਪੁਰ ਸਾਹਿਬ ਦੀ ਮਹਾਨ ਧਰਤੀ ਜਿੱਥੇ ਅਨੇਕਾਂ ਮਹਾਤਮਾ ਅਤੇ ਯੋਧਿਆਂ ਨੇ ਜਨਮ ਲਿਆ ਅਤੇ ਇਸ ਧਰਤੀ ਉੱਤੇ ਜਨਮ ਲੈਣਾ ਮੇਰੀ ਖੁਸ਼ਕਿਸਮਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕੀਤਾ। ਦਰਅਸਲ ਰਾਣਾ ਕੇ ਪੀ ਸਿੰਘ ਨੰਗਲ ਦੇ ਪਿੰਡ ਭਲਾਂ ਦੇ ਵਿੱਚ ਇੱਕ ਮੰਦਰ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਹਿੱਸਾ ਲੈਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਮੰਦਰ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ। ਕਥਾ ਦਾ ਉਚਾਰਨ ਹੋ ਰਿਹਾ ਹਰ ਸਾਲ ਦੀ ਤਰ੍ਹਾਂ, ਸੋ ਮੈਨੂੰ ਵੀ ਮੌਕਾ ਮਿਲਿਆ ਅੱਜ ਮੈਂ ਇੱਥੇ ਕਾਫੀ ਦੇਰ ਬੈਠ ਕੇ ਭਾਗਵਤ ਕਥਾ ਜਿਹੜੀ ਹੈ ਉਹਦਾ ਸਰਵਣ ਕੀਤਾ, ਔਰ ਇੱਥੇ ਜਿਹੜੇ ਮਹਾਂਪੁਰਸ਼ ਰਹਿੰਦੇ ਹੈ ਉਹਨਾਂ ਤੋਂ ਆਸ਼ੀਰਵਾਦ ਲਿਆ।